ਹਾਂਜੀ ਦੋਸਤੋ, ਕੀ ਹਾਲ ਚਾਲ? ਪੰਜਾਬ ਟਰੈਕਟਰ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਆ। ਅਤੇ ਚੱਲੇ ਸੀ ਅੱਜ ਕਣਕ ਬੀਜਣ, ਪੰਜਵਾਂ ਦਿਨ ਆਪਣਾ। ਦੋ ਕੁ ਦਿਨ ਵਿੱਚ ਵੀਡੀਓ ਬਣੀ ਨਹੀਂ, ਅਤੇ ਹੁਣ ਇਹ 'ਚ ਲੱਦਦੇ ਹਾਂ ਵੀ ਆਹ ਖਾਲੀ ਕਰਾਉਣੀ ਟਰੈਲੀ, ਇਹ 'ਚ ਲੱਦ ਕੇ ਲੈ ਕੇ ਜਾਂਦੇ ਹਾਂ। ਇੱਕ ਵੱਡੀ ਟਰੈਲੀ ਖੜ੍ਹੀ ਆ ਇੱਥੇ ਝੋਨੇ ਦੀ ਭਰੀ, ਉਹ ਵੀ ਕਰਦੇ ਹਾਂ ਖਾਲੀ ਬਾਅਦ 'ਚ। ਇਹ ਹੁਣ ਲੈ ਕੇ ਜਾਂਦਾ ਮੰਡੀ ਨੂੰ, ਜਾ ਕੇ ਕਰਾਉਂਦੇ ਹਾਂ ਖਾਲੀ। ਇੱਕ ਪਹਿਲੀ ਪਹੁੰਚੀ ਉਹ ਮੰਡੀ 'ਚ ਟਰੈਲੀ, ਉਹ ਕਰਦੇ ਹੋਣੇ ਆ, ਮਿਲਦੇ ਹਾਂ ਮੰਡੀ। ਪਹੁੰਚ ਗਏ ਮੰਡੀ 'ਚ, ਕਰਦੇ ਪਏ ਖਾਲੀਆਂ ਟਰੈਲੀਆਂ। ਅਤੇ ਆਹ ਖਾਲੀ ਕਰਾ ਕੇ ਜਾਂਦੇ ਹਾਂ ਖੇਤਾਂ ਨੂੰ, ਆਹ ਤਾਂ ਫਿਰ ਆਪ ਹੀ ਹੌਲੀ ਹੌਲੀ ਕਰਦੇ ਰਹੂਗੇ ਖਾਲੀ। ਲਓ ਜੀ, ਲੱਤ ਤਾਂ ਵੀ ਕਰਦਾ ਹੀ ਲੱਗੇ ਬੀਜਣ, ਸਾਰਾ ਪੱਖਾ ਲੱਗ ਕੇ ਭਰਿਆ ਪਿਆ, ਬਾਕੀ ਪੱਖਾ ਲੱਗਦਾ ਪਿਆ ਅੱਜ। ਹੋਰ ਡਾਇਆ ਡੂਆ ਲੱਦ ਹੋ ਗਿਆ, ਤੇਲ ਵੀ ਲੱਦ ਲਈਆਂ ਦੋ ਕਿੰਨੀਆਂ। ਹੁਣ ਜਾਂਦੇ ਹਾਂ ਖੇਤਾਂ 'ਚ, 10:30 ਵਜੇ ਕਰਦੇ ਸ਼ੁਰੂ ਕੰਮ। ਹਾਂਜੀ ਦੋਸਤੋ, ਆਪਾਂ ਆ ਗਏ ਇੱਧਰ ਨੂੰ। ਇਹਦਾ ਸੁੱਚ ਦਾ ਕੰਮ ਕਰਾਉਣਾ ਸੀਗਾ, ਸੁੱਚ ਚੱਲਦਾ ਨਹੀਂ ਸੀ, ਨਾ ਸੈਲਫ ਵੱਜਦੀ ਸੀ, ਨਾ ਕੋਈ ਲਾਈਟ ਚੱਲਦੀ ਸੀ, RPM ਵਗੈਰਾ ਕੁਛ ਵੀ ਨਹੀਂ ਜੀ ਚੱਲਦਾ। ਕੱਲ੍ਹ ਰਾਤੀ ਸੋਚਿਆ ਖਰਾਬ ਹੋ ਗਿਆ, ਫਿਰ ਇੱਦਾਂ ਲਿਆਂਦਾ ਰਾਤੀ ਹਨੇਰੇ 'ਚ, ਲਾਈਟਾਂ ਲੂਟਾਂ ਚੱਲਦੀਆਂ ਨਹੀਂ ਸੀ। ਹੁਣ ਸੋਚੇ ਦਾ ਕੰਮ ਕਰਾ ਕੇ ਫਿਰ ਜਾਂਦੇ ਹਾਂ ਖੇਤਾਂ ਨੂੰ। ਕਣਕ ਦਾ ਬੀਜਣ ਲੱਗੀ ਹੋਈ ਆ, ਹੁਣ ਮੋਹਰੇ ਮੋਹਰੇ ਜਾ ਕੇ ਫਿਰ ਖੇਤ ਵਾਹੁਣੇ ਆ, ਤਵੀਆਂ ਨਾ ਇਹ ਪਾ ਕੇ। ਬਾਕੀ ਜਿਹੜੇ ਵਾਹਿਆ ਉਹ ਅੱਜ ਹੁਣ ਬੀਜਦੇ ਹੋਣੇ ਆ। ਲਓ ਜੀ, ਲੱਗਿਓ ਆ ਬੀਜਣ, ਅਤੇ ਆਪਾਂ ਹੁਣ ਪਾਉਂਦੇ ਹਾਂ ਇਹਦੇ ਮਗਰ ਤਵੀਆਂ, ਅਤੇ ਬਾਂਧਦੇ ਹਾਂ ਮੋਹਰੇ ਮੋਹਰੇ ਖੇਤ। ਅਤੇ ਸਵੇਰੇ ਲੱਤਾਂ ਫੇਰਦੀਆਂ ਸੀਗੀਆਂ ਖੇਤ 'ਚ, ਹੁਣ ਤਾਂ ਵੀਆਂ ਨਾਲ ਲੱਗਿਓ ਆ, ਅਤੇ ਬਾਅਦ 'ਚ ਲੱਗੇ ਕਣਕ ਬੀਜਾਂਗੇ ਇਹ ਵਾਲੇ ਖੇਤ 'ਚ। ਇੱਧਰ ਤਾਂ ਬੀਜ ਹੋ ਗਏ ਆ ਕਣਕ, ਆਹ ਇੱਕ ਦੋ ਰਹਿ ਇੱਕ ਖੇਤ ਰਹਿ ਗਿਆ ਗੱਠਾ ਚੱਕਣ ਨੂੰ, ਅਤੇ ਆਹ ਰਹਿ ਗਿਆ, ਇਹ ਚੱਕੂਗੇ ਗੱਠਾ ਫਿਰ ਬੀਜਾਂਗੇ। ਅਤੇ ਹੁਣ ਲੱਗ ਪਿਓ ਬੀਜਣ ਨਾਲ ਨਾਲ ਪਿੱਛੇ ਕਣਕ, ਅਤੇ ਗਾਂਹ ਜਾਂਦੇ ਹਾਂ। ਪ੍ਰਾਹੁਣੀ ਕੀਤੀ ਅਸੀਂ ਖੇਤ, ਉਹ ਵਾਹੁੰਦੇ ਹਾਂ ਹੁਣ, ਫਿਰ ਬੀਜੂਗੇ ਉੱਧਰ। ਫਿਰ ਅੱਜ ਦਾ ਕੰਮ ਤਾਂ ਇੰਨਾ ਹੀ ਆ, ਇੰਨਾ ਕੁ ਲਿਬੜਨਾ, ਬਾਕੀ ਫਿਰ ਦੇਖਦੇ ਕਿੱਦਾਂ ਬਣਦੀ ਗੱਲ। ਹਾਂਜੀ, ਉੱਧਰੋਂ ਵਾਹ ਕੇ ਆ ਗਏ ਹਾਂ ਇੱਧਰ। ਇਹ ਪਰਾਲੀ ਘੱਟ ਸੀ, ਅੱਧੀ ਵਾਹ ਕੇ ਰੋਣੀ ਕਰਤੇ ਸੀਗੇ, ਖੇਤ ਸੁੱਕਿਓ ਸੀ ਜ਼ਿਆਦਾ, ਅਤੇ ਅੱਜ ਵਾਹ ਦਿੰਦੇ ਹਾਂ, ਬਾਅਦ 'ਚ ਹਵਾ ਫਿਰ ਜੂਗੀ, ਕਣਕ ਬੀਜ ਹੋ ਜੂ। ਖੇਤ ਦਾ ਗਿੱਲਾ ਤਾਂ ਬਹੁਤ ਆ, ਇੱਕ ਸਰਾ ਕੱਢ ਕੇ ਹੀ ਆ ਗੁੱਲੀ ਪਾ ਦਿੱਤੀ ਜੋ ਵਾ, ਅਤੇ ਲੱਗਿਓ ਹੌਲੀ ਹੌਲੀ ਪਾਉਣ। ਪਰਾਲ ਪਰੂਲ ਇੱਦਾਂ ਹੀ ਪਿਆ ਵਿੱਚ, ਹੈ ਨਹੀਂ ਸੀ ਪਰਾਲੀ ਇੰਨੀ, ਨਾ ਚਕਾਈਏ ਨਾ ਗੱਠਾ ਬਣਾਈਏ ਇੱਥੇ,
ਅੱਗ ਉੱਗ ਵੀ ਨਹੀਂ ਲਾਈ, ਐਦੀ ਵਾਹ ਦੇਣਾ ਹੁਣ ਅਤੇ ਬੀਜਦੇ ਹਾਂ ਕਣਕ ਦੇ ਉੱਤੇ। ਲੱਗੇ ਹੋ ਬੀਜਣ, ਰੋਟੀ ਪਾਣੀ ਖਾ ਲਈ ਆ ਅਤੇ ਆਪਾਂ ਖਾਂਦੇ ਪਏ ਹਾਂ, ਬਚਾਉਂਦੇ ਹਾਂ ਇਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਬੋਣ। ਇਹ ਆਪਣਾ ਪੰਜਵਾਂ ਖੇਤ ਆ ਅੱਜ ਬੀਜ ਹੁੰਦਾ, 11 ਵਜੇ ਲੱਗੇ ਸੀਗੇ, 3:30 ਹੋਏ ਆ ਅਤੇ 3:30 ਹੋਏ ਅਤੇ ਅੱਜ 8-9 ਖੇਤ ਬੀਜ ਹੋਣੇ, 8 ਖੇਤ ਬੀਜ ਹੋਗੇ, ਬਾਕੀ ਫਿਰ ਕੱਲ੍ਹ ਨੂੰ ਬੀਜਾਂਗੇ। ਜਿਹੜੇ ਵਾਹ ਹੁੰਦੇ ਆ ਉਹ 2 ਦਿਨ ਰੁਕ ਕੇ ਬੀਜਣੇ ਆ, ਹਵਾ ਹੋਵੋ ਫਿਰ ਜੂਗੀ। ਅਤੇ ਆਪਣੇ ਇੱਧਰ ਲੱਗੇ ਹੋਏ ਆਲੂ, ਆਹ ਤਾਂ ਹੈਗਾ 25 ਤੋਂ 30 ਦਿਨ, 30 ਕੁ ਦਿਨ ਹੋ ਗਏ ਆਲਮੋਸਟ ਲੱਗੇ ਨੂੰ। ਇਹ ਤਾਂ ਬਰੀਕ ਵੀ ਸੀਗਾ, ਉਹ ਪਰੇ 25 ਕੁ ਦਿਨਾਂ ਦਾ, ਉਹ ਥੋੜ੍ਹਾ ਜ਼ਿਆਦਾ ਭਾਰਾ, ਉਹ ਪਰ ਆਲੂ ਮੋਟਾ ਸੀਗਾ ਉਹ ਵਾਲਾ ਬੀਜ। ਇੱਕ ਪੱਠੇ ਦੀ ਸਪਰੇ ਹੋ ਗਈ ਆ ਇਹਨੂੰ, ਪੱਠਾ ਪੁੱਠਾ ਤਾਂ ਮਰ ਗਿਆ, ਬਾਕੀ ਲੱਗੇ ਹੋ ਬੀਜਣ ਕਣਕ। ਦੇਖਦੇ ਕਿੰਨਾ ਖੇਤ ਬੀਜ ਹੁੰਦੇ ਆ ਅੱਜ, 7 ਜਾਂ 8 ਬੀਜ ਹੋਊਗੇ। ਆਹ ਰਹਿ ਗਿਆ ਉਹ 31 ਰਹਿ ਗਈ ਅਤੇ ਆਹ ਰਹਿ ਗਿਆ ਬਾਕੀ ਬੀਜ ਹੋ ਗਏ ਇੱਧਰ ਪਰੇ, ਉਹ ਧੁਰ ਤੱਕ ਅਤੇ ਉਹ ਗੱਠਾ ਚੱਕਣ ਨੂੰ ਰਹਿ ਗਈਆਂ, ਉਹ ਚੱਕ ਕੇ ਫਿਰ ਕੱਲ੍ਹ ਨੂੰ ਬੀਜਦੇ ਹਾਂ। ਲਓ ਜੀ ਖੇਤ ਹੋ ਗਿਆ ਬਾਹ, 3 ਕਿਆਰੇ ਰਹਿ ਗਏ, ਉਹਦੇ ਕੋਲ ਜ਼ਿਆਦਾ ਗਿੱਲੇ ਆ, ਉਹ ਫਿਰ ਵਾਹਵਾਂਗੇ ਥੋੜ੍ਹੇ ਜਿਹਾ ਬੱਤੇ ਵਾਲਿਆਂ ਨੂੰ। ਬਾਕੀ ਹੁਣ ਇੱਧਰ ਲੱਗੇ ਹੋ ਰੁਲਾ ਫੇਰਨ, ਤਵੀਆਂ ਖੋਲਤੀਆਂ ਸੀਗੀਆਂ ਅਤੇ ਅੱਧਾ ਖੇਤ ਬਾਅਦ ਵਿੱਚ ਫੇਰਨਾ, ਬਾਕੀ ਦਾ ਖੇਤ ਗਿੱਲਾ ਹੀ ਆ, ਥੋੜ੍ਹਾ ਜਿਹਾ ਸੁੱਕਾ ਸੀਗਾ ਖੇਤ ਇੰਨਾ ਕੁ, ਅਤੇ ਫਿਰ ਤਵੀਆਂ ਪਾ ਕੇ ਘਰ ਵੀ ਲੈ ਕੇ ਜਾਂਦੇ ਹਾਂ। ਗਿੱਲਾ ਹੈ ਨਹੀਂ ਸੀ ਇਹਨੇ, ਅੱਜ ਦਾ ਕੰਮ ਹੋ ਗਿਆ ਡਨ, ਰੂਲਾ ਖੋਲ੍ਹ ਕੇ ਤਵੀਆਂ ਪਾ ਲਈਆਂ ਪਿੱਛੇ, ਰੂਲਾ ਇੱਥੇ ਮੋਟਰ 'ਤੇ ਖੋਲ੍ਹਤਾ, ਉਹ ਕੱਲ੍ਹ ਨੂੰ ਫਿਰ ਕੰਮ ਆਉਣਾ, ਅਤੇ ਬੀ ਵਾਲਾ ਟਰੈਕਟਰ ਆ ਗਿਆ ਵਾ, ਇਹਦਾ ਵੀ ਕੰਮ ਫਿਨਿਸ਼ ਸੀ ਅੱਜ। ਕਣਕ ਦੇ 2 ਗੇੜੇ ਰਹਿੰਦੇ ਆ ਲਾਉਣ ਨੂੰ, ਉਹ ਲੱਗਦੇ ਆ ਉੱਧਰ, ਅਤੇ ਗੇੜੇ ਲਾ ਕੇ ਅੱਜ ਕੰਮ ਮੁਕਾ ਕੇ ਅੱਜ ਦਾ, ਅਤੇ ਲੱਗਾਂਗੇ ਕੱਲ੍ਹ ਨੂੰ, ਮਿਲਾਂਗੇ ਕੱਲ੍ਹ ਦੇ ਬਲੋਗ 'ਚ ਜੇ ਟਾਈਮ ਲੱਗਾ ਤਾਂ, ਫਿਰ ਨਹੀਂ ਤਾਂ ਫਿਰ 2 ਦਿਨਾਂ ਬਾਅਦ ਫੇਰ ਪਾਵਾਂਗੇ ਇੱਕ ਅੱਧਾ ਬਲੌਗ। ਮਿਲਦੇ ਹਾਂ ਕਿਸੇ ਹੋਰ ਬਲੌਗ 'ਚ, ਜੁੜੇ ਰਹੋ।